ਦਸਾਂਝ ਦੀ ਪੰਜਾਬੀ ਗੱਭਰੂ ਆਪਣੀ ਲੇਟੈਸਟ ਸੌਂਗ ਰਾਤ ਦੀ ਗੇੜੀ ਦੀ ਸਕਸੈਸ ਤੋਂ ਬਾਅਦ ਆਪਣੇ ਸੋਸ਼ਲ ਮੀਡੀਆ ਤੇ ਕੁਝ ਅਮੇਜ਼ਿੰਗ ਤੇ ਡਿਫਰੈਂਟ ਲੁੱਕਸ ਸ਼ੇਅਰ ਕਰ ਰਹੇ ਨੇ। ਇਹਨਾਂ ਪਿਕਚਰਸ ਦੇ ਵਿੱਚ ਦਿਲਜੀਤ ਦਸਾਂਝ ਲਗਜ਼ੀਰੀਅਸ ਆਊਟਫਿਟਸ ਤੇ ਕਾਰਸ ਦੇ ਨਾਲ ਨਜ਼ਰ ਆ ਰਹੇ ਨੇ। ਵੈਲ, ਇਹਨਾਂ ਪਿਕਚਰਸ ਨੂੰ ਵੇਖ ਕੇ ਤਾਂ ਇਹੀ ਲੱਗਦਾ ਹੈ ਕਿ ਦਿਲਜੀਤ ਦਸਾਂਝ ਕਿਸੇ ਲਗਜ਼ੀਰੀਅਸ ਵਕੇਸ਼ਨਸ ਤੇ ਨੇ, ਬਟ ਉਹਨਾਂ ਦੇ ਕੈਪਸ਼ਨ ਜਿਹਦੇ ਵਿੱਚ ਹਮੇਸ਼ਾ ਹੀ ਉਹ ਲਿਖਦੇ ਨੇ ਕੌਨਫੀਡੈਂਸ਼ੀਅਲ, ਕੁਝ ਹੋਰ ਹੀ ਕਹਾਣੀ ਦੱਸ ਰਹੇ ਨੇ। ਸੀਮਸ ਲਾਈਕ ਦਿਲਜੀਤ ਦਸਾਂਝ ਕੁਝ ਕੌਨਫੀਡੈਂਸ਼ੀਅਲ ਸ਼ੂਟ ਕਰ ਰਹੇ ਨੇ, ਉਹ ਵੀ ਲਾਸ ਐਂਜਲਿਸ ਦੇ ਵਿੱਚ। ਹੈਵ ਅ ਲੁੱਕ। ਕੌਨਫੀਡੈਂਸ਼ੀਅਲ ਸ਼ੂਟ ਸੌਂਗ ਹੈ ਜਾਂ ਮੂਵੀ, ਇਹ ਤਾਂ ਦਿਲਜੀਤ ਦਸਾਂਝ ਹੀ ਦੱਸ ਸਕਦੇ ਨੇ। ਸੋ ਫਰੈਂਡਸ, ਤੁਹਾਡਾ ਕੀ ਕਹਿਣਾ ਹੈ ਕਿ ਇਹ ਕੌਨਫੀਡੈਂਸ਼ੀਅਲ ਸ਼ੂਟ ਕਿਸ ਚੀਜ਼ ਦਾ ਹੈ, ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਤੇ ਸਾਡੇ ਗਬਰੂ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। gabru.com ਪੰਜਾਬ ਦਾ ਇੱਕੋ ਇੱਕ ਯੂਥ ਪੋਰਟਲ, ਐਂਟਰਟੇਨਮੈਂਟ ਦਾ ਦੇਸੀ ਪੰਚ।